श्रीकाल नमस्कार आप यहाँ पे मैं गोलपुरा साहब गुरुद्वारा है मारवा कला जिसकी प्रणाली Thank you.
ਵਰਗੇ ਨਾਲ ਅਸੀਂ ਵਾਸੀ ਪੂਰੀ ਆਨੰਦ ਦੇ ਜਿਹੜਾ ਸੁੰਦਰ ਸ਼ਹਿਰ ਕਰਾਂ ਸਾਨੂੰ ਸਿੱਖਿਆ ਨੌਵੇਂ ਗੁਰਾਂ ਦੀ ਨੀ ਫੜ ਕੇ ਛੱਡਣੀ ਬਾਹਰ ਅਸੀਂ ਪੈਰ ਪਿੱਛੇ ਨਾ ਮੋੜੀਏ ਜੇ ਧਰੀਏ ਪੈਰ ਅਗਾਂ ਬੜੇ ਪ੍ਰੇਮ ਤੇ ਸ਼ਰਧਾ ਦੇ ਨਾਲ ਸਤਿਕਾਰ ਦੇ ਨਾਲ ਕਿਸੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਹਨਾਂ ਦੇ ਆਪ ਦਰਸ਼ਨਦਾਰੇ ਕਰ ਰਹੇ ਗੁਰੂ ਜੀ ਮੇਰੇ ਵਿੱਚ ਸੱਜ ਕੇ ਬੈਠੇ ਹਨ ਜਿਹਨੇ ਆਪਣੇ ਜ਼ਿੰਦਗੀ ਵਿੱਚ ਸੁੱਖਾਂ ਨੂੰ ਪ੍ਰਾਪਤ ਕਰਨਾ ਹੈ ਜਿਸ ਇਨਸਾਨ ਨੇ ਆਪਣੇ ਜੀਵਨ ਵਿੱਚ ਸੁੱਖਾਂ ਨੂੰ ਪ੍ਰਾਪਤ ਕਰਨਾ ਹੈ ਉਸ ਇਨਸਾਨ ਗੁਰੂ ਗ੍ਰੰਥ ਸਾਹਿਬ ਮਾਧਿਅਮ ਰਾਹੀਂ ਆਉਣਾ ਪਵੇਗਾ ਜਿਹੜਾ ਬੰਦਾ ਇਸ ਦਾਤ ਤੋਂ ਦੂਰ ਹੋ ਗਿਆ ਬੜਕਾ ਪੇੜ ਜੋ ਹੈ ਬਹੁਤ ਪੁਰਾਣਾ ਹੈ ਇਹ ਬੜਕਾ ਪੇੜ ਹੈ ਬਹੁਤ ਪੁਰਾਤਨ ਹੈ ਇਸ ਕਾ ਘੇਰਾ ਹੀ ਦੇਖ ਲੀਜੀਏ ਕਿਤਨਾ ਹੈ ਤਕਰੀਬਨ 32 ਫੁੱਟ ਹੈ ਬਹੁਤ ਪੁਰਾਣਾ ਹੈ ਯਾਰ ਔਰ ਯਹਾਂ ਪੇ ਆਪਕੋ ਗੁਰੂ ਗ੍ਰੰਥ ਸਾਹਿਬ ਦੀ ਮਹਾਰਾਜ ਕਿਰਪਾ ਕਰ ਤੁਹਾਡਾ ਲੈਣਾ ਸੁਣਿਆ ਨੇ ਜਿਹਨਾਂ ਪੁੱਤਰਾਂ ਨੇ ਆਪਣੇ ਹੀ ਮਾਪੇ ਘਰੋਂ ਕੱਢੇ ਜਦੋਂ ਹੋ ਜਾਣਾ ਉਹਨਾਂ ਦੇ ਸਿਆਣੇ ਪਤਾ ਲੱਗੂ ਚੰਦ ਸਿੱਕਿਆਂ ਲਈ ਜੇ ਲੋਕ ਵੇਚਣ ਸਮੈਂਤਾ ਉਹ ਹੈ ਉਹ ਜੋ ਗੁਰੂ ਨਾਨਕ ਸਾਹਿਬ ਨੇ ਲਗਾਇਆ ਥਾ ਇਹ ਵਹੀ ਕੂਆ ਹੈ ਔਰ ਇਸਮੇ ਸਰਸਵਤੀ ਕਾ ਪਾਣੀ ਆ ਰਹਾ ਹੈ ਮੈਂ ਬਹੁਤ ਦਿਨੋਂ ਸੇ ਬਹੁਤ ਸਾਲੋਂ ਸੇ ਲਗਾ ਹੁਆ ਹੂੰ ਇਸ ਕੋਸ਼ਿਸ਼ ਮੇਂ ਇਹ ਬੋਰ ਵੀ ਮੈਨੇ ਯਹਾਂ ਕਰਵਾਇਆ ਥਾ ਯਾ ਦੇਖੀ ਬੋਰ ਆਈ ਹੈ ਇਹ ਮੈਨੇ ਹੀ ਕਰਾਇਆ ਥਾ 8-10 ਸਾਲ ਪਹਿਲੇ ਇਸਕਾ ਪਾਣੀ ਨਿਕਾਲਨੇ ਕੇ ਲੀਏ ਔਰ ਬਾਅਦ ਬੰਦ ਕਰ ਦਿਆ ਗਿਆ ਥਾ ਪਾਣੀ ਚੈੱਕ ਕਰਾਂਗੇ ਹਮ ਇਸਕਾ ਇਹ ਸਰਸਵਤੀ ਕਾ ਪਾਣੀ ਹੈ ਔਰ ਇਹ ਲੰਗਰ ਵਗੈਰਾ ਚੱਲ ਰਿਹਾ ਯਹਾਂ ਪੇ ਬੰਦਾ ਨਾ ਰੱਬ ਦੇ ਬਹੁਤ ਅੱਛਾ ਪ੍ਰੋਗਰਾਮ ਹੈ ਇਹ ਲੰਗਰ ਚੱਲ ਰਿਹਾ ਬਹੁਤ ਵਧੀਆ ਹੈ ਪ੍ਰੋਗਰਾਮ ਹਰ ਕਾ ਸੁਣੇ ਨਾ ਹਰ ਗੁਣ ਗਾਵੇ ਪਾਤਨੀਆਂ ਸਮਾਨ ਕਰਾਵੇ ਕੱਲਾ ਦੇ ਨਾਲ ਇਹਨਾਂ ਗਿਆਨਵਾਨ ਬੰਦਾ ਹੈ ਜਿੱਦਾਂ ਰੱਬ ਨੂੰ ਧਿਆਈ ਕਰ ਰੱਖਿਆ ਹੋਵੇ ਕਹਿੰਦੇ ਲੰਗਰ ਦਾ ਬਹੁਤ ਅੱਛਾ ਪ੍ਰੋਗਰਾਮ ਹੈ ਮੈਂ ਵੀ ਆਪਕੋ ਜਹਾਂ ਪੇ ਗੁਰੂ ਗੋਬਿੰਦ ਸਿੰਘ ਸਾਹਿਬ ਜੋ ਥੇ ਜਹਾਂ ਪੇ ਆ ਕੇ ਉਹ ਬੈਠੇ ਥੇ ਉਸ ਸਥਾਨ ਕੇ ਹਮ ਆਪਕੋ ਦਰਸ਼ਨ ਕਰਵਾਤੇ ਹੈ ਯੇ ਵੋ ਸਥਾਨ ਹੈ ਯੇ ਵੋ ਸਥਾਨ ਹੈ ਜਹਾਂ ਪੇ ਗੁਰੂ ਗੋਬਿੰਦ ਸਿੰਘ ਸਾਹਿਬ ਆ ਕੇ ਬੈਠੇ ਥੇ ਔਰ ਇੱਕ ਬਾਤ ਜੋ ਯਹਾਂ ਪੇ ਮਜ਼ੇਦਾਰ ਹੈ ਮੈਂ ਦਿਖਾਤਾ ਹੂੰ ਦੇਖ ਬਹੁਤ ਪੁਰਾਣੀ ਸ਼ੈਲੀ ਹੈ ਇਹ ਗੁੰਬਦ ਹੈ ਇਹ ਛੋਟਾ ਸਾ ਗੁੰਬਦ ਹੈ ਔਰ ਮੈਂ ਇੱਕ ਇਹ ਬਾਤ ਬਤਾ ਦੂੰ ਕਿ ਮੇਰੇ ਪਿਤਾ ਜੀ ਯਹਾਂ ਪੇ ਸੰਨ 1948 ਮੈਂ ਯਹਾਂ ਗ੍ਰੰਥੀ ਥੇ ਔਰ ਮੈਂ ਯਹੀਂ ਪੜ੍ਹਾ ਛੋਟਾ ਸਾ ਯਹੀਂ ਖੇਲਤਾ ਰਹਾ ਆਜ ਤੋ ਯਹਾਂ ਪੇ ਕਾਰਸੇਵਾ ਲੱਗੀ ਹੈ ਬਹੁਤ ਅੱਛਾ ਗੁਰਦੁਆਰਾ ਬਣ ਰਿਹਾ ਪਹਿਲੀ ਵਾਰ ਤੁਸੀਂ ਪਾਤਸ਼ਾਹੀ ਔਰ ਖਾਸ ਕਰਕੇ ਇਸਕਾ ਜੋ ਇਤਿਹਾਸਕੀ ਜੋ ਖੋਜ ਹੈ ਉਹ ਦੱਸ ਨਹੀਂ ਸੀ ਬਹਿਣ ਭਾਈ ਔਰ ਆਜ ਇਹ ਲੱਗ ਰਹੀ ਹੈ ਪ੍ਰਚਾਰ ਹੁਆ ਲੱਗ ਰਹੀ ਹੈ ਸੇਵਾ ਔਰ ਇਹ ਬਹੁਤ ਅੱਛਾ ਹੈ ਪ੍ਰੋਗਰਾਮ ਬਹੁਤ ਠੀਕ ਹੈ ਕਾਰ ਸੇਵਾ ਲੱਗੀ ਹੈ ਬਾਬਾ ਸੁੱਖਾ ਸਿੰਘ ਜੀ ਔਰ ਲਾਡੀ ਜੀ ਸੇਵਾ ਨਿਭਾ ਰਹੇ ਹਾਂ ਇਸਕੇ ਰੇਡੀਓ ਦੇਖਣੇ ਕੇ ਲਈ ਆਪਕਾ ਧੰਨਵਾਦ ਧੰਨਵਾਦ ਧੰਨਵਾਦ